ਜੀ ਹਾਂ, ਇਹ ਮੁਲਾਕਾਤ ਸੀ ਜਿਹੜੀ ਅਸੀਂ ਇੱਥੇ ਸਟੂਡੀਓ ਦੇ ਵਿੱਚ ਹੀ ਉਹਨਾਂ ਦੇ ਨਾਲ ਕੀਤੀ। ਇੱਥੇ ਬਹੁਤ ਸਾਰੇ ਪ੍ਰੋਗਰਾਮ ਕਰਕੇ ਗਏ ਉਹ, ਮਤਲਬ ਪੂਰੇ ਵਰਲਡ ਦੇ ਵਿੱਚ ਉਹਨਾਂ ਨੇ ਸ਼ੋਅ ਕੀਤੇ ਨੇ, ਆਪਣੇ ਫਨ ਦਾ ਡੰਕਾ ਵਜਾਇਆ ਉਹਨਾਂ ਨੇ ਹਰ ਮਤਲਬ ਮੁਲਕ ਦੇ ਵਿੱਚ। ਸੁਰਜੀਤ ਦਿਨ ਰੱਖਿਆ, ਮੈਨੂੰ ਯਾਦ ਹੈ ਕਿ ਪਿਛਲੇ ਸਾਲ ਸਾਲ ਡੇਢ ਸਾਲ ਦੀ ਗੱਲ ਹੈ, ਇੱਥੇ ਲੈਸਟਰ ਵਿਖੇ ਇੱਕ ਸ਼ੋਅ ਕੀਤਾ ਉਹਨਾਂ ਨੇ ਸਟਾਰਲਾਈਟ ਦੇ ਵਿੱਚ, ਔਰ ਉਹ ਸ਼ੋਅ ਮੈਨੂੰ ਕੰਪੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ, ਉਹਨਾਂ ਨੂੰ ਇੰਟਰੋਡਿਊਸ ਕਰਨ ਦਾ ਮੈਨੂੰ ਮੌਕਾ ਮਿਲਿਆ ਸਟੇਜ ਦੇ ਉੱਤੇ, ਕੁਝ ਗੱਲਾਂ ਬਾਤਾਂ ਸਾਂਝੀਆਂ ਹੋਈਆਂ। ਮੈਂ ਚਾਹਾਂਗਾ, ਹਾਲੇ ਤੱਕ ਅਸੀਂ ਪ੍ਰੋਗਰਾਮ ਦਿਖਾਇਆ ਨਹੀਂ ਇਸ ਚੈਨਲ ਤੋਂ, ਔਰ ਨਾ ਹੀ ਤੁਸੀਂ ਦੇਖਿਆ ਹੋਣਾ। ਮੈਂ ਚਾਹਾਂਗਾ ਕੁਝ ਝਲਕੀਆਂ ਉਸ ਪ੍ਰੋਗਰਾਮ ਦੀਆਂ। ਤੁਹਾਨੂੰ ਇੰਤਜ਼ਾਰ ਹੋਏਗਾ ਉਸ ਫਨਕਾਰ ਦਾ, ਉਸ ਕਲਾਕਾਰ ਦਾ ਜੋ ਕਿ ਪੰਜਾਬ ਦੀ ਧਰਤੀ ਤੋਂ ਇੱਥੇ ਤਸ਼ਰੀਫ ਲਿਆਇਆ, ਹਿੰਦੁਸਤਾਨ ਤੋਂ ਇੱਥੇ ਆਇਆ। ਪਤਾ ਨਹੀਂ ਤੁਸੀਂ ਪਿਛਲੇ ਹਫ਼ਤੇ ਪਿਛਲੇ ਸੈਟਰਡੇ MA TV ਤੋਂ ਉਹਨਾਂ ਦੀ ਇੰਟਰਵਿਊ ਸੁਣੀ ਹੋਣੀ ਹੈ। ਮੈਂ ਇੱਕ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਿ ਭਾਅ ਜੀ, ਅਗਰ ਤੁਸੀਂ ਸੁਰਜੀਤ ਬਿੰਦ ਰੱਖੀਆ ਨਾ ਸਿੰਗਰ ਨਾ ਹੁੰਦੇ ਤਾਂ ਹੋਰ ਕੀ ਹੁੰਦੇ? ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਫਿਰ ਭਲਵਾਨ ਹੋਣਾ ਸੀ। ਮੈਂ ਕਿਹਾ ਭਲਵਾਨਾਂ ਵਾਲਾ ਸਰੀਰ ਨਹੀਂ ਹੈ ਤੁਹਾਡਾ, ਇਹ ਵੀਰਾਂ ਦਾ ਸ਼ੁਗਲ ਸੀਗਾ ਸਾਡਾ। ਦੋਸਤੋ, ਮੈਂ ਉਸ ਫਨਕਾਰ ਨੂੰ, ਉਸ ਕਲਾਕਾਰ ਨੂੰ ਸਟੇਜ ਦੇ ਉੱਤੇ ਦਾਵਤ ਦਿਆਂਗਾ ਜਿਹਨੇ ਹਜ਼ਾਰਾਂ ਹੀ ਗੀਤ ਆਪਣੀ ਪੰਜਾਬੀ ਮਾਂ ਬੋਲੀ ਲਈ ਗਾਏ, ਆਪਣੇ ਸੱਭਿਆਚਾਰ ਲਈ ਗਾਏ, ਆਪਣੇ ਕਲਚਰ ਲਈ ਗਾਏ। ਤੁਹਾਨੂੰ ਸ਼ਾਇਦ ਪਤਾ ਜਾਂ ਨਹੀਂ, ਇਹਨਾਂ ਨੇ ਕੈਸੀ ਜੁਗਨੀ ਗਾਈ, ਜੁਗਨੀ ਬਹੁਤ ਸਾਰੇ ਆਰਟਿਸਟਾਂ ਨੇ ਗਾਈ ਹੈ, ਉਹ ਜੁਗਨੀ ਗਾਈ ਜਿਹਦਾ ਗਿਨੀਜ਼ ਬੁੱਕ ਦੇ ਵਿੱਚ ਰੈਕੋਰਡ ਹੈ ਇਹਨਾਂ ਦਾ, ਔਰ ਇਹਨਾਂ ਨੂੰ ਇਨਾਮ ਮਿਲਿਆ, ਰਿਵਾਰਡ ਮਿਲਿਆ। ਇਹਨਾਂ ਨੇ ਐਸੇ ਐਸੇ ਗੀਤ ਗਾਏ ਜੋ ਕਿ ਨਾ ਹਿੰਦੁਸਤਾਨ ਨਾ ਪਾਕਿਸਤਾਨ, ਪੂਰੇ ਵਰਲਡ ਦੇ ਵਿੱਚ ਛਾਏ ਹੋਏ ਨੇ। ਹਾਲੇ ਵੀ ਬਹੁਤ ਸਾਰੇ ਕਲਾਕਾਰ ਇਹਨਾਂ ਦੇ ਗਾਏ ਹੋਏ ਗੀਤ ਗਾਉਂਦੇ ਨੇ, ਜਿਨ੍ਹਾਂ ਨੇ ਹਜ਼ਾਰਾਂ ਹੀ ਫਿਲਮਾਂ ਦੇ ਵਿੱਚ ਗੀਤ ਗਾਏ, ਔਰ ਹਜ਼ਾਰਾਂ ਹੀ ਟੇਪਾਂ CDs ਦੇ ਵਿੱਚ ਇਹਨਾਂ ਨੇ ਗੀਤ ਗਾਏ ਨੇ। ਤੁਸੀਂ ਇਹਨਾਂ ਦੇ ਗੀਤਾਂ ਤੋਂ ਅੱਛੀ ਤਰ੍ਹਾਂ ਵਾਕਫ ਹੋ। ਮੋਢੇ ਤੋਂ ਤਿਲਕਦਾ ਜਾਵੇ ਦੁਪੱਟਾ ਤੇਰਾ ਸੱਤ ਰੰਗ ਦਾ, ਔਰ ਹਾਲ ਹੀ ਦੇ ਵਿੱਚ ਇਹਨਾਂ ਦਾ ਬਹੁਤ ਹੀ ਪਿਆਰਾ ਗੀਤ ਮਕਬੂਲ ਹੋਇਆ। ਅਸੀਂ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਹਰ ਗੀਤ ਇਹਨਾਂ ਦਾ ਆਸਮਾਨ ਨੂੰ ਛੂਹੇ। ਐਸਾ ਫਨਕਾਰ, ਐਸਾ ਕਲਾਕਾਰ ਜੋ ਪੰਜਾਬ ਦੀ ਧਰਤੀ ਤੋਂ ਇੱਥੇ ਤਸ਼ਰੀਫ ਲਿਆਇਆ, ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਪਰ ਮੁਖੜਾ ਵੇਖ ਕੇ ਮਰ ਗਿਆ ਨੇ। ਮੈਂ ਉਸ ਫਨਕਾਰ ਨੂੰ ਦਾਵਤ ਦਿਆਂਗਾ ਜਿਹਨੇ ਕਰੋੜਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ, ਕਰੋੜਾਂ ਸਰੋਤਿਆਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਅੱਜ ਉਹ ਸਾਡੇ ਲੈਸਟਰ ਦੇ ਵਿੱਚ ਮੌਜੂਦ ਹੈ, ਇਹ ਪਰਿਵਾਰਿਕ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਕਿ ਮੈਂ ਉਸ ਫਨਕਾਰ ਨੂੰ ਦਾਵਤ ਦਿਆਂ, ਮੈਂ ਇੱਕ ਰਿਕੁਐਸਟ ਛੋਟੀ ਜਿਹੀ ਕਰਾਂਗਾ। ਜਿਹੜੇ ਵੀਰ ਮੇਰੇ ਬਾਰ ਦੇ ਸਾਹਮਣੇ ਖੜ੍ਹੇ ਨੇ, ਪਲੀਜ਼ ਅਗਰ ਉਹਨਾਂ ਨੇ ਆਪਣਾ ਡਰਿੰਕ ਲੈ ਲਿਆ ਤਾਂ ਥੋੜ੍ਹਾ ਜਿਹਾ ਇੱਧਰ ਹੋ ਜਾਓ, ਕਿਉਂਕਿ ਬਹੁਤ ਸਾਰੇ ਦੋਸਤ ਕਹਿੰਦੇ ਨੇ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਉੱਥੇ ਪਹੁੰਚਣ ਤੱਕ। ਅਗਰ ਤੁਸੀਂ ਡਰਿੰਕ ਲੈ ਲਿਆ ਤਾਂ ਪਲੀਜ਼ ਸਾਹਮਣੇ ਆ ਜਾਓ, ਤੁਸੀਂ ਬੜੀ ਮਿਹਰਬਾਨੀ, ਕਿਉਂਕਿ ਇਹ ਪਰਿਵਾਰਿਕ ਪ੍ਰੋਗਰਾਮ ਹੈ ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਕ ਕਾਮਯਾਬ ਸ਼ਾਮ ਬਣਾਉਣੀ ਹੈ। ਲਓ, ਮੈਂ ਤੁਹਾਡਾ ਜ਼ਿਆਦਾ ਟਾਈਮ ਜ਼ਾਇਆ ਨਹੀਂ ਕਰਾਂਗਾ, ਮੈਂ ਉਸ ਫਨਕਾਰ ਨੂੰ ਦਾਵਤ ਦਿਆਂਗਾ, ਸਟੇਜ ਦੇ ਉੱਤੇ ਬੁਲਾਵਾਂਗਾ। ਮੇਰੇ ਬਹੁਤ ਹੀ ਪਿਆਰੇ ਵੀਰ, ਮੇਰੇ ਬਹੁਤ ਹੀ ਪਿਆਰੇ ਦੋਸਤ, ਅਜ਼ੀਮ ਫਨਕਾਰ, ਅਜ਼ੀਮ ਕਲਾਕਾਰ, ਪੰਜਾਬ ਤੋਂ ਤਸ਼ਰੀਫ ਲਿਆਏ ਜਨਾਬ ਸੁਰਜੀਤ ਬਿੰਦ ਰੱਖਿਆ। ਹਾਜ਼ਰੀਨ, ਅੱਜ ਆਪਾਂ ਸਾਰੇ ਪਰਿਵਾਰ, ਖਾਸ ਕਰਕੇ
ਸਾਡੇ ਸਾਰੇ ਲੈਸਟਰ ਨਿਵਾਸੀ, ਇਹ ਕਹਿ ਲਿਆ ਜਾਵੇ ਸਾਰੇ ਲੈਸਟਰ ਦੀ ਕਰੀਮ ਇੱਥੇ ਮੌਜੂਦ ਹੈ। ਆਪਣੇ ਪਰਿਵਾਰ 'ਚ ਪ੍ਰੋਗਰਾਮ ਕਰਨ ਦਾ ਮਜ਼ਾ ਹੀ ਹੋਰ ਹੈ। ਮੈਨੂੰ ਬਹੁਤ ਫਖਰ ਨਾਲ, ਬਹੁਤ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਮੈਂ ਇੱਕ ਗਾਇਕ ਬਣ ਕੇ ਨਹੀਂ, ਇੱਕ ਪਰਿਵਾਰਕ ਮੈਂਬਰ ਬਣ ਕੇ ਤੁਹਾਡੇ ਚਰਨਾਂ ਦੇ ਵਿੱਚ ਆਇਆ ਵਾਂ, ਤੁਹਾਡੀ ਗੋਦ 'ਚ ਆਇਆ ਵਾਂ। ਮੇਰੇ ਵੱਲੋਂ ਸਾਰੇ ਪਰਿਵਾਰਾਂ ਨੂੰ, ਮੇਰੇ ਮਜੀਸ਼ਨਾਂ ਵੱਲੋਂ ਮੋਸਟ ਵੈਲਕਮ ਜੀ ਆਇਆਂ ਨੂੰ। ਸਰਸਾਂ ਦੀਆਂ ਲਹਿਰਾਂ ਸੋਚਣ ਉਹ ਕਿੰਜ ਦਸ਼ਮੇਸ਼ ਪਿਤਾ ਨੂੰ ਰੋਕਣ, ਉਹ ਸਰਸਾਂ ਦੀਆਂ ਲਹਿਰਾਂ ਸੋਚਣ ਕਿੰਜ ਦਸ਼ਮੇਸ਼ ਪਿਤਾ ਨੂੰ ਰੋਕਣ। ਛੱਡ ਅਨੰਦਪੁਰ ਕਿੱਧਰ ਚੱਲੇ ਪੁੱਛੀਏ ਨੂਰੀ ਲਾਹੀ ਨੂੰ, ਉਹ ਇੱਕ ਦੂਜੀ ਨੂੰ ਅੱਖੀਆਂ ਰੋਣਾ ਉਸ ਦਿਨ ਸਿੱਖਿਆ ਉਹ ਜਦੋਂ ਆਕਫ ਦਿੰਦੀਆਂ ਬਣੀਆਂ ਗੁਲਾਮ ਫਰੀਦ, ਐ ਰੋਣਾ ਉਦੋਂ ਮੁੱਕ ਸੀ ਉਹ ਜਦੋਂ ਬੱਚੀਆਂ ਕੁਫੜਦੀਆਂ ਤਣੀ। ਲੁਕ ਜਾਵੋ ਲੁਕ ਜਾਵੋ ਤਾਰੀਓ, ਸਾਡੇ ਸੱਜਣਾ ਮਿਲਣ ਸਾਨੂੰ ਆਉਣਾ, ਵੇਖ ਸਾਨੂੰ ਵੇਖ ਸਾਨੂੰ ਨਾ ਹੱਸਿਓ, ਉਹ ਸਾਨੂੰ ਸਿਰਾ ਤੇ ਸੱਜਣਾ ਮਨਾਉਣਾ ਹੈ, ਵੇਖ ਸਾਨੂੰ ਵੇਖ ਸਾਨੂੰ ਨਾ ਹੱਸਿਓ, ਰਾਣਾ ਭਾਜੀ ਸਾਡੇ ਬਟਕ। ਮੇਰਾ ਬਹੁਤ ਪਿਆਰਾ ਜਿਹਾ ਵੀਰ ਕੁਲਦੀਪ, ਮੈਂ ਤੈ ਦਿਨ ਸ਼ੁਕਰਗੁਜ਼ਾਰ ਆਪਣੇ ਵੀਰ ਦਾ ਬਹੁਤ। ਸਾਡੇ ਮੇਠੂ ਭਾਜੀ, ਮੈਂ ਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਬਈ। ਇੱਥੇ ਮੇਰੇ ਸਾਰੇ ਵੀਰ ਆਏ ਹੋਏ ਨੇ, ਪਰਿਵਾਰ ਸਾਰੇ ਸਾਡੇ ਆਪਣੇ ਨੇ, ਨਜ਼ਰ ਕਰਿਆ ਸਿਰ ਕੀ ਗੁਜ਼ਾਰਾਂ। ਉਹ ਦੇ
ਸੱਜਣਾ ਤੋਂ ਅਸੀਂ ਅੱਜ ਦੱਸਿਓ ਨਾ ਤਾਰੀ ਹੋਵੇ ਸੱਜਣਾ ਤੋਂ ਅਸੀਂ ਅੱਜ ਦੱਸਿਓ ਨਾ ਤਾਰੀ ਹੋਵੇ ਸੱਜਣਾ ਤੋਂ ਅਸੀਂ ਅੱਜ ਦੱਸਿਓ ਨਾ ਤਾਰੀ ਹੋਵੇ ਸੱਜਣਾ ਤੋਂ ਅਸੀਂ ਅੱਜ ਬੁਲਾ ਨਾ ਪਤਾ ਸਤੜੀ ਵਾਉਣਾ ਲੁਕ ਜਾਵੋ ਤਾਰਿਓ ਸਾਡੇ ਸੱਜਣਾ ਮਿਲਣ ਸਾਨੂੰ ਵਾਲਾ ਏ ਦੇਖਦਾ ਨੂੰ ਵੇਖ ਸਾਨੂੰ ਨਾ ਹੱਸਿਓ ਅਸਾਂ ਰੁੱਸਣਾ ਤੇ ਸੱਜਣਾ ਲਾਉਣਾ ਏ ਓਏ ਆ ਜਾ ਸੋਹਣੀਏ ਨੀ ਹੁਣ ਛੱਡ ਦੇ ਮਜ਼ਾਕ ਸੋਣੀਏ ਨੀ ਹੁਣ ਛੱਡ ਦੇ ਮਜ਼ਾਕ ਗਿੱਧੇ ਵਿੱਚ ਮਾਰੀ ਤੇਰੇ ਹਾਣੀ ਨੇ ਆਵਾਜ਼ ਸੁਣ ਕੁੜੀਆਂ ਨੀ ਗਿੱਧੇ ਵਿੱਚ ਢੋਲ ਵੱਜਦਾ ਉਹ ਸੁਣ ਕੁੜੀਏ ਨੀ ਗਿੱਧੇ ਵਿੱਚ ਢੋਲ ਵੱਜਦਾ ਆਜਾ ਸੰਗਣੇ ਦਾ ਛੱਡ ਦੇ ਮਜ਼ਾਕ ਔਰ ਹੁਣ ਉਸ ਫਨਕਾਰ ਦੀ ਵਾਰੀ ਹੈ ਉਸ ਕਲਾਕਾਰ ਦੀ ਵਾਰੀ ਹੈ ਜਿਨ੍ਹਾਂ ਨੇ ਜਨਾਬ ਹੁਣ 8 ਵਜੇ ਤੋਂ ਲੈ ਕੇ ਹੁਣ ਤੱਕ ਤੁਹਾਡਾ ਮਨੋਰੰਜਨ ਕਰ ਰਹੇ ਨੇ ਔਰ ਹਾਲੇ ਹੋਰ ਵੀ 40-50 ਘੰਟੇ ਉਹਨਾਂ ਨੇ ਗਾਉਣਾ ਕਿਉਂਕਿ ਉਹ ਥੱਕਦੇ ਨਹੀਂ ਹੈ ਬਹੁਤ ਹੀ ਪਿਆਰੇ ਮੇਰੇ ਵੀਰ ਮੈਂ ਬੇਨਤੀ ਕਰਾਂਗਾ ਸਟੇਜ 'ਤੇ ਉਹ ਆਉਣ ਆਪਣਾ ਜੋ ਇਨਾਮ ਹੈ ਰਿਵਾਰਡ ਹੈ ਸਾਡੇ ਬਜ਼ੁਰਗਾਂ ਤੋਂ ਹਾਸਿਲ ਕਰਨ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕਰੋ ਜਨਾਬ ਸੁਰਜੀਤ ਬਿੰਦ ਰੱਖੀਆ ਔਰ ਸੁਰਜੀਤ ਬਿੰਦ ਰੱਖੀਆ ਵਾਸਤੇ ਸਾਡੇ ਵੀਰ ਹਰਵਿੰਦਰ ਗਿੱਲ ਮਨਜੀਤ ਭਾਅ ਜੀ ਕੁਲਵੰਤ ਭਾਅ ਜੀ ਜਿੰਦਰ ਭਾਅ ਜੀ ਰਾਣਾ ਸਾਹਿਬ ਹੋਰ ਉਹਨਾਂ ਦੇ ਜਿੰਨੇ ਵੀ ਦੋਸਤ ਨੇ ਇਸ ਟਾਈਮ ਨਿਰਮਲ ਭਾਅ ਜੀ ਜਿੰਨੇ ਵੀ ਦੋਸਤ ਨੇ ਉਹਨਾਂ ਵੱਲੋਂ ਇਹ ਛੋਟਾ ਜਿਹਾ ਚੈੱਕ ਉਹਨਾਂ ਨੂੰ ਸਾਡੇ ਭਾਅ ਜੀ ਉਹਨਾਂ ਨੂੰ ਦਿੱਤਾ ਜਾਂਦਾ ਹੈ 7000 ਦਾ ਚੈੱਕ ਹੈ 7 ਲੱਖ ਦਾ ਯਾਰ ਮੇਰਾ ਦਿਲ ਕਰਦਾ ਆਹ ਤਾਂ ਮੈਂ ਰੱਖ ਲਵਾਂ ਆਹ ਠੀਕ ਹੈ ਤੁਹਾਡੇ ਲਈ ਠੀਕ ਹੈ 7 ਲੱਖ ਦਾ ਚੈੱਕ ਸਾਡੇ ਭਾਅ ਜੀ ਸੁਰਜੀਤ ਬਿੰਦ ਰੱਖੀਆ ਲਈ ਸਾਡੇ ਵੀਰਾਂ ਵੱਲੋਂ ਇਸ ਹਾਂ ਨੀਰ ਭਾਅ ਜੀ ਦੀ ਮੈਂ ਗੱਲ ਟੋਕ ਰਿਹਾ 7 ਲੱਖ ਦਾ ਚੈੱਕ ਤਾਂ ਮੈਂ ਬਾਈ ਜੀ ਨੂੰ ਦੇ ਦੇਣਾ ਪਰ ਨਾ ਮੇਰੇ 'ਤੇ ਹੈ ਫਿਰ ਕੋਈ ਫਾਇਦਾ ਨਹੀਂ ਹੈ ਅਤੇ ਇਹ ਸਾਡੇ ਵੀਰਾਂ ਵੱਲੋਂ ਇਹਨਾਂ ਨੂੰ ਦਿੱਤਾ ਜਾਂਦਾ ਹੈ ਪਲੀਜ਼ ਜ਼ੋਰਦਾਰ ਤਾਲੀਆਂ ਦੋਸਤੋ ਜਦੋਂ ਕੋਈ ਕਲਾਕਾਰ ਫਨਕਾਰ ਇਸ ਦੁਨੀਆਂ 'ਚੋਂ ਜਾਂਦਾ ਹੈ ਪਿੱਛੇ ਭਾਵੇਂ ਆਪਣੇ ਬੱਚੇ ਜਾਂ ਆਪਣਾ ਪਰਿਵਾਰ ਰੋਂਦਾ ਛੱਡ ਕੇ ਜਾਂਦਾ ਹੈ ਲੇਕਿਨ ਉਸ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਉਸਦੀ ਰਜ਼ਾ ਤੋਂ ਬਗੈਰ ਅਸੀਂ ਕੁਛ ਨਹੀਂ ਕਰ ਸਕਦੇ ਅੱਜ ਸਾਡੇ ਸਾਰੇ ਕਲਾਕਾਰ ਭੈਣ ਭਰਾਵਾਂ ਦਾ ਜਾਂ ਉਸ ਆਵਾਮ ਦਾ ਜਿਹੜੇ ਉਹਨਾਂ ਦੇ ਫੈਨਸ ਹਨ ਉਹਨਾਂ ਦੇ ਦੋਸਤਾਂ ਦਾ ਇਹ ਫਰਜ਼ ਬਣਦਾ ਕਿ ਅਸੀਂ ਰਲ ਕੇ ਆਪਣੇ ਆਪਣੇ ਧਰਮ ਅਨੁਸਾਰ ਦੁਆ ਕਰੀਏ ਕਿ ਪਰਮਾਤਮਾ ਸੱਚੇ ਪਾਤਸ਼ਾਹ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਮੈਨੂੰ ਉਮੀਦ ਹੈ ਕਿ ਅਸੀਂ ਸਭ ਰਲ ਕੇ ਅਗਰ ਦੁਆ ਕਰਾਂਗੇ ਅਰਦਾਸ ਕਰਾਂਗੇ ਅਤੇ ਉਹਦੀ ਆਤਮਾ ਨੂੰ ਜ਼ਰੂਰ ਸ਼ਾਂਤੀ ਪਹੁੰਚੇਗੀ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗਾਹੇ ਬਗਾਹੇ ਕੁਛ ਹੋਰ ਵੀ ਚਲਕੀਆਂ ਕੁਛ ਹੋਰ ਉਹਨਾਂ ਦੇ ਗੀਤ ਤੁਹਾਡੀ ਨਜ਼ਰ ਕਰਾਂਗੇ ਵੈਸੇ ਤਾਂ ਉਹਨਾਂ ਨੇ ਬਹੁਤ ਸਾਰੇ ਗੀਤ ਪਿਆਰੇ ਪਿਆਰੇ ਗਾਏ ਨੇ ਔਰ ਅਸੀਂ ਚਾਹਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਜਾਰੀ ਰੱਖੀਏ ਤਾਂ ਕਿ ਤੁਸੀਂ ਉਹਨਾਂ ਨੂੰ ਮਿਸ ਨਾ ਕਰੋ ਇੱਕ ਵਾਰੀ ਫਿਰ ਉਸ ਫਨਕਾਰ ਨੂੰ ਉਸ ਆਤਮਾ ਨੂੰ ਮੈਂ ਸਲੂਟ ਕਰਦਾ ਜਿਹਨੇ ਆਪਣੀ ਪੰਜਾਬੀ ਮਾਂ ਬੋਲੀ ਲਈ ਆਪਣੇ ਪੰਜਾਬੀ ਕੌਮ ਲਈ ਔਰ ਆਪਣੇ ਧਰਮ ਲਈ ਬਹੁਤ ਪਿਆਰੇ ਪਿਆਰੇ ਗੀਤ ਸਾਫ਼ ਸੁਥਰੇ ਗੀਤ
ਗਾਏ ਅਤੇ ਤੁਹਾਡਾ ਮਾਣ, ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਖੱਟਿਆ। ਇਸੇ ਤਰ੍ਹਾਂ ਅਸੀਂ ਦੁਆ ਕਰਦੇ ਹਾਂ ਉਹਨਾਂ ਫਨਕਾਰਾਂ ਲਈ ਵੀ ਜਿਹੜੇ ਜਾ ਚੁੱਕੇ ਨੇ ਪਹਿਲਾਂ ਜੋ ਇਸ ਦੁਨੀਆਂ ਦੇ ਵਿੱਚੋਂ, ਕਿਉਂਕਿ ਫਨ ਕਲਾ ਇਹ ਕੁਦਰਤ ਦੀ ਦੇਣ ਆ, ਔਰ ਜੋ ਵੀ ਇਨਸਾਨ ਲੈ ਕੇ ਆਉਂਦਾ ਹੈ ਜਾਂ ਕੁਦਰਤ ਜਿਹਨੂੰ ਦਿੰਦੀ, ਮੈਨੂੰ ਦਿਓ ਇਜਾਜ਼ਤ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ।